साझा मुलाजिम मंच पंजाब यूटी एम्प्लॉयज व पेंशनर्स कमेटी की ओर से जिलाधीश कार्यालय में संयुक्त रूप से पंजाब सरकार के खिलाफ रोष प्रदर्शन किया गया। मुलाजिमों ने पेंशन स्कीम की बहाली करने, डीए किश्तों का बकाया जारी करने व छठा वेतन आयोग लागू करने की मांग की है। मैं तो डैम तो निका जहा बना के लिया फेरी 420 सांझा मुलाजम मंच का जिहड़ा साडी काल चल रही है पंजाब सरकार के खिलाफ उहदी लगातारता दे विच दूजे दिन भी असी पंजाब सरकार का पिड़ स्यापा किया। पंजाब सरकार का अज पुतला फूकिया अते पंजाब सरकार नूं चेतावनी दिंदे आ तुहाडे चैनल दे राहीं कि अजे तक तो असी एक शांतिमय तरीके नाल अपनी मंगा मंग रहे हैं। अगर जल्दी तो जल्दी साडियां मंगा प्रवान नहीं कीतियां गईयां तो पंजाब का समूचा मुलाजम सड़कां ते होवेगा जिदी सारी दी सारी नरोल जिम्मेवारी पंजाब सरकार दी मुख्यमंत्री पंजाब जी दी होवेगी। मैं तुहाडे चैनल राहीं बेनती करदा कुछ नहीं साथीओ, साडी डिमांड है साडा बंदा पे स्केल, साडा बंदा जिहड़ा साडा डीए है उहदियां जिहड़ियां बकाया किश्तां अते पे कमीशन दी रिपोर्ट जो एक सांझा जो एक ते साडी जिहड़ी 2004 तों बाद जिहड़ी मुलाजमां दी पेंशन बंद कर दित्ती गई है उस असीं चाहुंदे आ पुरानी पेंशन स्कीम नूं दुबारा लागू कीता जावे ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਦਾ ਮੁਲਾਜ਼ਮ ਆਪਣੇ ਪਰਿਵਾਰ ਦਾ ਅਤੇ ਆਪਣਾ ਨਿਰਵਾਹ ਆਰਾਮ ਨਾਲ ਸ਼ਾਂਤੀਮਈ ਤਰੀਕੇ ਨਾਲ ਕਰ ਸਕੇ। ਸਾਥੀਓ ਜੈ ਹਿੰਦ। ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨ ਮੰਚ ਪੰਜਾਬ ਦੇ ਵੱਲੋਂ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸਾਰੇ ਪੰਜਾਬ ਦੇ ਅੰਦਰ ਆਪਣੀਆਂ ਮੰਗਾਂ ਲੈ ਕੇ। ਅੱਜ ਉਸ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਹੈੱਡਕੁਆਟਰ 'ਤੇ ਪੁਤਲੇ ਫੂਕੇ ਜਾਣੇ ਸੀ। ਅੱਜ ਇੱਥੇ ਹੀ ਤਮਾਮ ਸਰਕਾਰੀ ਡਿਪਾਰਟਮੈਂਟਸ ਦੇ ਆਦਮੀ ਔਰ ਫੀਲਡ ਦੇ ਜਿਹੜੇ ਲੋਕ ਨੇ ਸਮੇਤ ਸਾਰੀਆਂ ਫੈਡਰੇਸ਼ਨਾਂ, ਭਾਰਤੀ ਮਜ਼ਦੂਰ ਸੰਘ, ਮੁਲਾਜ਼ਮ ਦਲ, ਕਰਮਚਾਰੀ ਦਲ, ਏਟਕ ਵਾਲੇ ਸਾਥੀ ਔਰ ਸਾਰੇ ਪੈਨਸ਼ਨ ਦੇ ਬਜ਼ੁਰਗ ਸਾਥੀ ਜਿਹੜੇ ਨੇ ਉਹ ਇਸ ਪ੍ਰੋਗਰਾਮ 'ਚ ਹਾਜ਼ਰ ਹੋਏ ਨੇ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਮੁਲਾਜ਼ਮਾਂ ਦੇ ਨਾਲ, ਪੈਨਸ਼ਨਸ ਦੇ ਨਾਲ, ਉਹਨਾਂ ਨੂੰ ਇਮਾਨਦਾਰੀ ਦੇ ਨਾਲ ਲਾਗੂ ਕਰੇ। ਜੋ ਜਿਹੜੀ ਰਿਜੈਂਟਮੈਂਟ ਆ, ਜਿਹੜੀ ਰੈਸਟਲੈਸ ਪਾਈ ਜਾ ਰਹੀ ਹੈ ਸਾਰੇ ਮੁਲਾਜ਼ਮਾਂ ਦੇ ਵਿੱਚ, ਪੈਨਸ਼ਨਾਂ ਦੇ ਵਿੱਚ, ਉਹ ਖਤਮ ਹੋ ਜਾਵੇ। ਅੱਜ ਦੀ ਇਹ ਲੜਾਈ ਜਿਹੜੀ ਸੀ, ਅੱਜ ਦਾ ਇਹ ਸੰਘਰਸ਼ ਜਿਹੜਾ ਸੀ, ਇਹ ਜ਼ਿਲ੍ਹਾ ਕੋਆਰਡੀਨੇਟਰ ਸਰਦਾਰ ਗੁਰਨਾਮ ਸਿੰਘ ਸੈਣੀ ਔਰ ਵਿਸ਼ਾਲਵੀਰ ਸਿੰਘ ਜਨਰਲ ਸੈਕਟਰੀ ਉਹਨਾਂ ਦੀ ਅਗਵਾਈ ਦੇ ਵਿੱਚ ਦਿੱਤਾ ਗਿਆ। ਉਹਦੇ ਵਿੱਚ ਜਿੱਥੇ ਸਾਰੇ ਮੁਲਾਜ਼ਮ ਹਾਜ਼ਰ ਹੋਏ ਸੀ, ਉੱਥੇ ਪੰਜਾਬ ਦਾ ਪੈਨਸ਼ਨ ਜੁਆਇੰਟ ਫਰੰਟ, ਜਿਹਦੇ ਥੱਲੇ ਪੰਜ ਪੰਜਾਬ ਦੀਆਂ ਇੱਥੋਂ ਦੀਆਂ ਪੈਨਸ਼ਨ ਜਥੇਬੰਦੀਆਂ ਸ਼ਾਮਿਲ ਨੇ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਅਤੇ ਅੱਜ ਦਾ ਪ੍ਰੋਗਰਾਮ ਸਾਰੇ ਲੋਕਾਂ ਵੱਲੋਂ ਬੜਾ ਉਤਸ਼ਾਹ ਦੇ ਨਾਲ ਇਹ ਕੀਤਾ ਗਿਆ ਔਰ ਲੋਕਾਂ ਦਾ ਇਸ ਗੱਲ ਲਈ ਅਹਿਦ ਹੈ, ਇਹ ਉਹਨਾਂ ਨੇ ਇਸ ਗੱਲ ਨੂੰ ਆਪਣੇ ਮਤਲਬ ਯਕੀਨੀ ਤੌਰ 'ਤੇ ਮੰਨ ਲਿਆ ਕਿ ਸਰਕਾਰ ਦੇ ਖਿਲਾਫ ਜਦ ਤੱਕ ਇਸ ਲੜਾਈ ਨੂੰ ਅਸੀਂ ਪੂਰਨ ਤੌਰ 'ਤੇ ਤੇਜ਼ ਨਹੀਂ ਕਰਾਂਗੇ, ਪੂਰਾ ਮੈਦਾਨ ਦੇ ਵਿੱਚ ਆ ਕੇ ਨਿਤਰਾਂਗੇ ਨਹੀਂ, ਤਾਂ ਸਰਕਾਰ ਦੀ ਨੀਅਤ ਜਿਹੜੀ ਆ ਉਹ ਮਾੜੀ ਹੈ, ਸਰਕਾਰ ਖੋਟੀ ਹੈ, ਸਰਕਾਰ ਝੂਠੀ ਹੈ, ਮਕਾਰ ਹੈ, ਔਰ ਜਦ ਤੱਕ ਅਸੀਂ ਸੜਕਾਂ 'ਤੇ ਨਹੀਂ ਆਵਾਂਗੇ ਉਦੋਂ ਤੱਕ ਪੂਰੀ ਨਹੀਂ ਹੋਊਗੀ। ਔਰ ਇਸ ਗੱਲ ਦੇ ਨਾਲ ਸਰਕਾਰ ਨੂੰ ਸੰਜੀਦਗੀ ਦੇ ਨਾਲ ਸੋਚਣਾ ਚਾਹੀਦਾ ਕਿ ਪੰਜਾਬ ਦੇ ਮੁਲਾਜ਼ਮਾਂ ਦੀ, ਪੰਜਾਬ ਦੇ ਬਜ਼ੁਰਗਾਂ ਦੀ ਐਨਰਜੀ ਵੇਸਟ ਹੋ ਰਹੀ ਹੈ, ਉਹਨਾਂ ਦਾ ਪੈਸਾ ਵੇਸਟ ਹੋ ਰਿਹਾ, ਉਹਨਾਂ ਦਾ ਟਾਈਮ ਵੇਸਟ ਹੋ ਰਿਹਾ, ਔਰ ਸਰਕਾਰ ਅਗਰ ਸੰਜੀਦਾ ਆਪਣੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਤਾਂ ਉਹਨੂੰ ਚਾਹੀਦਾ ਕਿ ਸੰਜੀਦਗੀ ਦੇ ਨਾਲ ਉਹਨਾਂ ਦਾ ਹੱਲ ਕਰੇ। ਠੀਕ ਹੈ, ਮੁਲਾਜ਼ਮਾਂ ਦੀ ਡੀਏ ਦੀ ਕਿਸ਼ਤ ਉਹ ਜਾਰੀ ਕਰੇ, ਪੇ ਕਮਿਸ਼ਨ ਜਿਹੜਾ ਉਹਨੂੰ ਮਿਤੀਬੰਧ ਉਹਨੇ ਕੀਤਾ, ਅੱਗੇ 1/16 ਨੂੰ ਡਿਊ ਸੀ, ਬਹੁਤ ਲੇਟ ਕਰ ਦਿੱਤਾ, ਉਹਨੂੰ ਕਰਨਾ ਚਾਹੀਦਾ।
साढ़े कच्चे मुलाजम पक्के होने चाहिए ने और जायंट जिहड़ा साडा फोरम उपर बनया सांझा मुलाजम मंच उहदे नाल जिहड़ी 10/3/13 नूं इन्हां 19 नूं जिहड़ी चिट्ठी कढ़ी सी उस चिट्ठी दे मुताबक साडे जिहड़े नॉन पेनशनस दे 1/4 तों बाद दे पेनशनस उहनां दी पेनशन दित्ती जावे कच्चे लोग जिहड़े ने पक्के कीते जाण प्रोबोशन पीरियड जिहड़ा 3 साल दी जगह घटा के ओह 2 साल कीता जावे और उहनां नूं तनखाह जिहड़ी आ ओह इक्वल पे इक्वल वर्क दे सकते पूरी सारे।